ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਤੁਸੀਂ ਇਸ ਪਾਵਨ ਪਵਿੱਤਰ ਹੋਲੇ ਮਹੱਲੇ ਦੇ ਦਿਹਾੜੇ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋ? ਸੋ ਪਹਿਲਾਂ ਤੇ ਮੈਂ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ, ਸ਼੍ਰੋਮਣੀ ਪੰਥ ਅਕਾਲੀ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ, ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ 15ਵੇਂ ਜਥੇਦਾਰ ਸਿੰਘ ਸਾਹਿਬ, ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਅਤੇ ਆਪਣੇ ਵੱਲੋਂ ਅਤੇ ਸਮੁੱਚੀਆਂ ਗੁਰੂ ਕੀਆਂ ਫੌਜਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਪਾਵਨ ਜੋੜ ਮੇਲੇ ਦੀ। ਸੋ ਇਹ ਜੋੜ ਮੇਲਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਨੇ ਮਾਤਾ ਜੀਤੋ ਜੀ ਦੇ ਨਾਮ ਦੇ ਉੱਪਰ ਇਹ ਪ੍ਰਾਰੰਭ ਕੀਤਾ। ਗਿਆਨੀ ਠਾਕੁਰ ਸਿੰਘ ਜੀ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਗੁਰਦੁਆਰੇ ਦਰਸ਼ਨ, ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਗਿਆਨੀ ਸਿੰਘ ਹੋਏ ਨੇ ਅਤੇ ਉਹ ਲਿਖਦੇ ਨੇ ਕਿ ਮਾਤਾ ਜੀਤੋ ਜੀ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਅਸੀਂ ਵੀਰ ਗਤੀ ਨੂੰ ਪ੍ਰਾਪਤ ਹੋਈਏ, ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰੀਏ। ਹੋਲੀਆਂ ਦੇ ਦਿਨਾਂ ਵਿੱਚ ਉਹ ਜੰਗ ਦੇ ਮੈਦਾਨ ਦੇ ਵਿੱਚ ਜੂਝੇ, ਵੀਰ ਗਤੀ ਨੂੰ ਪ੍ਰਾਪਤ ਹੋਏ। ਹੋਲੀ ਤੋਂ ਹੋਲਾ ਅਤੇ ਮਹਿਲਾਂ ਤੋਂ ਮਹੱਲਾ, ਆਪਣੇ ਮਹਿਲਾਂ ਦੇ ਨਾਮ 'ਤੇ ਮਹੱਲਾ ਸ਼ਬਦ, ਸੱਚੇ ਪਾਤਸ਼ਾਹ ਜੀ ਨੇ ਇਹ ਹੋਲਾ ਮਹੱਲਾ ਬਣਾਇਆ ਅਤੇ ਸੱਚੇ ਪਾਤਸ਼ਾਹ ਜੀ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਇਹ ਮਹੱਲੇ ਦੀ ਆਰੰਭਤਾ ਜਿੱਥੇ ਮਹਾਰਾਜ ਸਾਹਿਬ ਜੀ ਦਾ ਆਪਣਾ ਨਿੱਜੀ ਆਸਣ ਸੀ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ, ਉਹਦੇ ਤੋਂ ਥੱਲੇ ਸੀ ਸ਼ਹੀਦੀ ਬਾਗ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਟਹਿਲਿਆ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਬਾਗ ਦੇ ਵਿੱਚੋਂ ਅਰਦਾਸ ਕਰਕੇ ਮਹੱਲਾ ਪ੍ਰਾਰੰਭ ਕੀਤਾ। ਅੱਜ ਵੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼ਹੀਦੀ ਬਾਗ ਦੇ ਵਿੱਚ ਜਾ ਕੇ ਇਕੱਤਰਿਤ ਹੁੰਦੀਆਂ ਨੇ, ਭਾਵੇਂ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ, ਭਾਵੇਂ ਉਹ ਸ਼੍ਰੋਮਣੀ ਪੰਥ ਅਕਾਲੀ ਤਰਨੇ ਦਲ ਨੇ, ਸਾਰੇ ਜਥੇਦਾਰ ਨਿਸ਼ਾਨ ਨਗਾਰੇ ਉੱਥੇ ਪਹੁੰਚਦੇ ਨੇ, ਅਰਦਾਸਾ ਹੁੰਦਾ ਹੈ ਅਤੇ ਉੱਥੋਂ ਮਹੱਲਾ ਸ਼ੁਰੂ ਹੁੰਦਾ ਹੈ। ਅਤੇ ਬਾਬਾ ਵਿਧੀ ਚੰਦ ਸਾਹਿਬ ਜੀ, ਸ਼੍ਰੋਮਣੀ ਪੰਥ ਅਕਾਲੀ, ਉਹ ਵੀ ਉੱਥੇ ਪਹੁੰਚਦੇ ਨੇ ਅਤੇ ਉੱਥੋਂ ਅਰਦਾਸਾ ਕਰਕੇ ਅਤੇ ਮਹੱਲਾ ਸ਼ੁਰੂ ਹੁੰਦਾ ਹੈ। ਅਤੇ ਸੱਚੇ ਪਾਤਸ਼ਾਹ ਜੀ ਜਦੋਂ ਮਹੱਲੇ 'ਤੇ ਚੜ੍ਹੇ ਤਾਂ ਭਾਈ ਆਨੰਦ ਲਾਲ ਸਾਹਿਬ ਜੀ, ਉਸ ਸਮੇਂ ਦੇ ਗਵਾਹ ਜਿਨ੍ਹਾਂ ਨੇ ਆਪਣੇ ਨੇਤਰਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਘੋੜੇ ਦੇ ਉੱਪਰ ਸਵਾਰ ਅਤੇ ਮਹੱਲਾ ਖੇਡਦਿਆਂ ਹੋਇਆਂ ਵੇਖਿਆ। ਭਾਵੇਂ ਅੱਜ ਕੱਲ੍ਹ ਬਹੁਤ ਪ੍ਰਕਾਰ ਦੇ ਵਿਵਾਦ ਉੱਠਦੇ ਨੇ ਵੀ ਇਹ ਰੰਗ ਨਹੀਂ ਪਾਉਣੇ ਚਾਹੀਦੇ, ਰੰਗ ਹਿੰਦੂਆਂ ਦੇ ਨੇ, ਪਰ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਜ਼ਹੇ ਪਿਚਕਾਰੀਏ ਪਰ ਜ਼ਾਫਰਾਨੀ ਕਿ ਹਰ ਬੇਰੰਗੋ ਰਾ ਖੁਸ਼ ਰੰਗੋ ਰੂਹ ਕਰਦ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਪਿਚਕਾਰੀ ਫੜੀ ਹੈ, ਉਹ ਧਨ ਹੈ, ਰੰਗ ਦੇ ਨਾਲ ਕੇਸਰ ਦੇ ਨਾਲ ਭਰੀ ਹੋਈ। ਮਹਾਰਾਜ ਸਾਹਿਬ ਜੀ ਨੇ ਉਹ ਪਿਚਕਾਰੀ ਜਦੋਂ ਚਲਾਈ ਗੁਰੂ ਕੇ ਖਾਲਸੇ ਦੇ ਉੱਪਰ ਅਤੇ ਹਰੇਕ ਬੇਰੰਗ ਨੂੰ ਰੰਗ ਵਿੱਚ ਕਰ ਦਿੱਤਾ, ਭਾਵ ਹਰੇਕ ਮੁਰਝਾਏ ਹੋਏ ਹਿਰਦੇ ਵਾਲੇ ਨੂੰ ਮਹਾਰਾਜ ਸਾਹਿਬ ਜੀ ਨੇ ਖੇੜੇ 'ਚ ਲਿਆ ਦਿੱਤਾ। ਉਸ ਵਕਤ ਇੱਦਾਂ ਪ੍ਰਤੀਤ ਹੋਇਆ ਵੀ ਅਜੀਬੋ ਗਰੀਬ ਖੁਸ਼ੀ, ਜਿਹੜਾ ਕੋਈ ਉਦਾਸ ਵੀ ਸੀ ਜਦੋਂ ਮਹਾਰਾਜ ਦੀ ਪਿਚਕਾਰੀ ਦਾ ਕੇਸਰ ਉਹਦੇ ਉੱਪਰ ਪਿਆ, ਉਹਦਾ ਮਨ ਖਿੜ ਗਿਆ। ਗੁਲਾਲ ਅਫਸ਼ਾਨੀਏ ਅਜ਼ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਲਾਲ ਦੀਆਂ ਮੁੱਠਾਂ ਭਰੀਆਂ ਅਤੇ ਉਹ ਤਾਂ ਨੂੰ ਉਡਾਈਆਂ ਅਤੇ ਜ਼ਮੀਨ ਅਤੇ ਅਸਮਾਨ ਨੂੰ ਨਿਹਾਲੋ ਨਿਹਾਲ ਕਰ ਦਿੱਤਾ। ਮਨ ਨੂੰ ਇੱਦਾਂ ਜਾਪਦਾ ਵੀ ਮਹਾਰਾਜ ਨੇ ਆਪਣੇ ਖਾਲਸੇ ਦਾ ਲੋਕ ਅਤੇ ਪਰਲੋਕ ਹੀ ਸਫਲਾ ਕਰ ਦਿੱਤਾ ਹੈ। ਅਤੇ ਭਾਈ ਆਨੰਦ ਲਾਲ ਕਹਿੰਦੇ ਕਸੇ ਕੋ ਦੀਦਾ ਦੀਦਾਰੇ ਮੁਕੱਦਸ ਮੁਰਾਦੇ ਉਮਰ ਰਾ ਹਾਸਿਲ ਲਿਖੋ ਕਰਦ। ਜਿਸ ਕਿਸੇ ਨੇ ਗੁਰੂ ਕੇ ਪੰਥ ਖਾਲਸੇ ਦਾ ਦੀਦਾਰ ਕੀਤਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹੱਲੇ ਨੂੰ ਦੇਖਿਆ, ਮਾਨੋ ਉਹਨੇ ਆਪਣੇ ਉਮਰ ਭਰ ਦੀਆਂ ਇੱਛਾਵਾਂ ਨੂੰ ਪੂਰੀਆਂ ਕਰ ਲਿਆ ਹੈ। ਸੋ ਅੱਜ ਜਿੱਥੇ ਆਪਾਂ ਗੁਰੂ ਕੇ ਪੰਥ ਖਾਲਸੇ ਦੀ ਰਵਾਇਤੀ ਜੋ ਘੋੜ ਦੌੜਾਂ ਨੇ, ਨੇਜੇਬਾਜ਼ੀ ਹੈ, ਸ਼ਹਿਤਰਬਾਜ਼ੀ ਹੈ, ਤੀਰਅੰਦਾਜ਼ੀ ਹੈ, ਇਹਨਾਂ ਖੇਡਾਂ ਨੂੰ ਵੇਖਣ ਵਾਸਤੇ ਆਏ ਹਾਂ, ਉੱਥੇ ਹੀ ਰੰਗ ਦੇ ਵਿੱਚ ਰੰਗਿਆ ਹੋਇਆ ਗੁਰੂ ਕਾ ਪੰਥ ਖਾਲਸਾ ਆਪਾਂ ਦੇਖਦੇ ਪਏ ਹਾਂ। ਜਿੱਥੇ ਬਾਹਰੀ ਤੌਰ 'ਤੇ ਆਪਾਂ ਨੂੰ ਰੰਗ ਲੱਗਾ ਹੈ, ਉੱਥੇ ਆਪਾਂ ਨੂੰ ਮਨ ਨੂੰ ਵੀ ਲਾਲ ਰੰਗ ਲਾਉਣ ਦੀ ਲੋੜ ਹੈ। ਲਾਲ ਰੰਗ ਦਾ ਅਰਥ ਵਿਦਵਾਨ ਕਰਦੇ ਨੇ ਪ੍ਰੇਮ ਦਾ ਰੰਗ। ਪ੍ਰੇਮ ਦਾ ਰੰਗ ਸਾਡੇ ਮਨਾਂ ਨੂੰ ਲੱਗ ਜਾਵੇ ਅਤੇ ਸਾਡੇ ਮਨ ਵਿੱਚ ਵਾਹਿਗੁਰੂ ਗੁਰਮੰਤਰ ਦਾ ਪ੍ਰਕਾਸ਼ ਹੋਵੇ ਅਤੇ ਸਾਡਾ ਲੋਕ ਅਤੇ ਪ੍ਰਲੋਕ ਸਫਲਾ ਹੋਵੇ। ਜਿਵੇਂ ਬਾਹਰੀ ਤੌਰ 'ਤੇ ਅੰਮ੍ਰਿਤ ਛਕ ਕੇ ਆਪਾਂ ਸਿੱਖ ਖਵਾਉਂਦੇ ਹਾਂ, ਅਤੇ ਜੋ ਅੰਮ੍ਰਿਤ ਦੀ ਧਾਰਾ ਹੈ, ਝਿਮ ਝਿਮ ਵਰਸਾ ਅੰਮ੍ਰਿਤ ਧਾਰਾ, ਉਹ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ ਨਾਮ ਜਪਣ ਦੇ ਨਾਲ। ਇਸੇ ਤਰ੍ਹਾਂ ਬਾਹਰੀ ਤੌਰ 'ਤੇ ਰੰਗ ਲੱਗਦਾ ਹੈ ਅਤੇ ਇੱਥੋਂ ਫਿਰ ਇਹ ਰੰਗ ਤੋਂ ਅਸੀਂ ਪ੍ਰੇਰਨਾ ਲੈ ਕੇ ਨਿਹੰਗ ਸਿੰਘ ਅਤੇ ਆਪਣੇ ਮਨ ਨੂੰ ਰੰਗ ਲਾਉਂਦੇ ਹਾਂ।
ਇਸ ਤਰੀਕੇ ਦੇ ਨਾਲ ਇਹ ਨਿਹੰਗ ਸਿੰਘਾਂ ਦੇ ਵਿੱਚ ਮੰਤਵ ਹੈ ਇੱਕ ਮਰਿਆਦਾ ਕਲਗੀਧਰ ਤੋਂ ਵੀ ਇੱਕ ਦੂਜੇ ਦੇ ਉੱਪਰ ਰੰਗ ਸੁੱਟਣਾ ਅਤੇ ਇਹ ਬਾਹਰੀ ਰੰਗ ਤੋਂ ਪ੍ਰੇਰਨਾ ਲੈ ਕੇ ਅਤੇ ਆਪਣੇ ਮਨ ਨੂੰ ਰੰਗਣਾ। ਸੋ ਮੈਂ ਸਾਰੇ ਗੁਰੂ ਕੇ ਪੰਥ ਖਾਲਸੇ ਵੱਲੋਂ ਇਸ ਮਾਧਿਅਮ ਦੇ ਰਾਹੀਂ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।